ਗੈਪ ਹੈ ਕੈਨੇਡਾ ਵੀਜ਼ਾ ਦਿੰਦਾ ਅਗਰ ਕਿਸੇ ਦੇ 65 ਸਕੋਰ ਘੱਟ ਨੇ ਕੈਨੇਡਾ ਵੀਜ਼ਾ ਦਿੰਦਾ ਵਿਆਹ ਨਵਾਂ ਕੈਨੇਡਾ ਵੀਜ਼ਾ ਦਿੰਦਾ ਸਿੰਗਲ ਹੋ ਸਪਾਊਸ ਹੋ ਜਾਂ ਵਿਦ ਕਿਡ ਫੈਮਿਲੀ ਨਾਲ ਅਪਲਾਈ ਕਰਨਾ ਚਾਹੁੰਦੇ ਹੋ ਕੈਨੇਡਾ ਵੀਜ਼ਾ ਦਿੰਦਾ ਓਮ ਗਲੋਬਲ ਦੇ ਫੇਸਬੁੱਕ ਇੰਸਟਾਗ੍ਰam ਪੇਜ ਤੇ ਜਾ ਕੇ ਤੁਸੀਂ ਸਪਾਊਸ ਕੇਸਿਸ ਦੇ ਜਿਹੜੇ ਵੀਜ਼ੇ ਗ੍ਰਾਂਟ ਹੋਏ ਨੇ ਇਕੱਠਿਆਂ ਦੇ ਉਹਨਾਂ ਦੇ ਵੇਖ ਸਕਦੇ ਹੋ ਹਰਮਨ ਕੌਰ ਤੇ ਸ਼ਮਸ਼ੇਰ ਸਿੰਘ ਹੋਣਾ ਦੀ ਸੋ ਦੋਨਾਂ ਦੇ ਜਿਹੜੇ ਸਪਾਊਸ ਵੀਜ਼ੇ ਜਿਹੜੇ ਉਹ ਗ੍ਰਾਂਟ ਹੋ ਚੁੱਕੇ ਆ ਸੋ ਸੰਧੂ ਸਾਹਿਬ ਬਹੁਤ ਵੱਡੀ ਅਚੀਵਮੈਂਟ ਹੈ ਇੰਨੇ ਲੰਬੇ ਗੈਪ ਦੇ ਬਾਅਦ ਇਹ ਵੀਜ਼ਾ ਹਾਸਲ ਕੀਤਾ ਸਪਾਊਸ ਵੀਜ਼ੇ ਦੀ ਤੁਸੀਂ ਇਹਨਾਂ ਦੀ ਐਡ ਦੇਖੀ ਸੋਸ਼ਲ ਮੀਡੀਆ ਤੇ ਜਾਂ ਟੀਵੀ ਤੇ ਕਿਸੇ ਪਲੇਟਫਾਰਮ ਤੇ ਦੇਖੀ ਲੱਗਾ ਕਿ ਸਾਡਾ ਸਪਾਊਸ ਵੀਜ਼ਾ ਸਾਨੂੰ ਅਪਲਾਈ ਕਰਨਾ ਚਾਹੀਦਾ ਓਮ ਗਲੋਬਲ ਤੇ ਕਿਉਂਕਿ ਪਹਿਲਾਂ ਲੋਕ ਬਹੁਤ ਕਹਿੰਦੇ ਸੀ ਕਿ ਸਪਾਊਸ ਵੀਜ਼ੇ ਲੱਗਦੇ ਨਹੀਂ ਕੱਟਿਆਂ ਦੇ ਸਰ ਨੇ ਸਾਨੂੰ ਅਸ਼ੋਰੈਂਸ ਦਿੱਤੀ ਤੇ ਮੈਨੂੰ ਬਹੁਤ ਮੋਟੀਵੇਸ਼ਨ ਲੱਗਿਆ ਕਿ ਸ਼ਾਇਦ ਮੇਰਾ ਇੱਕ ਸਟੱਡੀ ਦਾ ਜਿਹੜਾ ਡ੍ਰੀਮ ਹੈ ਉਹ ਪੂਰਾ ਹੋ ਸਕਦਾ ਓਮ ਗਲੋਬਲ ਕਹਿੰਦਾ ਜੀ ਇਕੱਠਿਆਂ ਭੇਜਾਂਗੇ ਇਕੱਠੇ ਵੀਜ਼ੇ ਆਉਣਗੇ ਇੱਕੋ ਜਹਾਜ਼ 'ਚ ਬਹਿ ਕੇ ਹਸਬੰਡ ਵਾਈਫ ਜਾਣਗੇ ਕੀ ਯਕੀਨ ਹੋ ਗਿਆ ਸੀ ਕਿਦਾਂ ਹੋ ਸਕਦਾ ਮੈਂ ਇੱਕ ਟਰਾਈ ਕੀਤਾ ਕਿਉਂਕਿ ਮੈਂ ਪ੍ਰੋਫਾਈਲਸ ਦੇਖੇ ਸੀਗੇ ਕਿ ਬਹੁਤ ਕੰਪਲਿਕੇਟਿਡ ਕੇਸਿਸ ਵੀ ਸਰ ਨੇ ਹੈਂਡਲ ਕੀਤੇ ਨੇ ਪਰ ਕਿਤੇ ਇਦਾਂ ਨਹੀਂ ਲੱਗਾ ਕਿ ਜਦੋਂ ਤੁਸੀਂ ਅੰਮ੍ਰਿਤਸਰ ਖੜੇ ਹੋ ਅੰਮ੍ਰਿਤਸਰ ਰਣਜੀਤ ਐਵਨਿਊ ਬਹੁਤ ਸਾਰੇ ਕੰਸਲਟੈਂਟ ਆ ਸਾਰੇ ਕਹਿੰਦੇ ਜੀ ਇਕੱਠਿਆਂ ਦਾ ਵੀਜ਼ਾ ਨਹੀਂ ਲੱਗਦਾ ਸਿਰਫ ਓਮ ਗਲੋਬਲ ਕਹਿ ਰਿਹਾ ਜੀ ਇਕੱਠਿਆਂ ਦਾ ਵੀਜ਼ਾ ਲੱਗ ਜਾਓ ਕਿਤੇ ਨਹੀਂ ਲੱਗਾ ਕਿ ਓਮ ਗਲੋਬਲ ਝੂਠ ਬੋਲਦਾ ਪਿਆ ਬਾਕੀ ਸਾਰੇ ਏਜੰਟ ਸੱਚ ਬੋਲਦੇ ਪਏ ਜਦੋਂ ਵੀ ਮੈਂ ਜਿਸ ਏਜੰਟ ਕੋਲ ਜਾਂਦੀ ਸੀ ਉਹ ਹੀ ਕਹਿੰਦੇ ਸੀ ਕਿ ਤੁਹਾਡੀ ਇੰਨੀ ਵੀਕ ਪ੍ਰੋਫਾਈਲ ਹੈ ਨਾ ਕਿ ਅਸੀਂ ਇਕੱਲੇ ਦੀ ਵੀ ਗਾਰੰਟੀ ਨਹੀਂ ਲੈ ਸਕਦੇ ਆਪਾਂ ਬਿਲਕੁਲ ਸਾਰਾ ਹੱਥ ਛੱਡ ਚੁੱਕੇ ਹੀ ਸਰ ਕਿ ਸਾਡਾ ਵਰਗਿਆਂ ਦਾ 13 ਸਾਲ ਦਾ ਸਟੱਡੀ ਗੈਪ ਸਰ ਸਾਡੇ ਵਰਗਿਆਂ ਦਾ ਵੀਜ਼ਾ ਲੱਗ ਸਕਦਾ ਸਰ ਬਾਕੀ ਦੇ ਪ੍ਰੋਫਾਈਲ ਯਾਰ ਲੋਕ ਕਿਤੇ ਵਧੀਆ ਹੋਣੀ ਹੈ ਨਾ ਜੇ ਤੁਹਾਡੀ ਉਮੀਦ ਬਿਲਕੁਲ ਜ਼ੀਰੋ ਆ ਤੁਹਾਨੂੰ ਕਿਤੋਂ ਉਮੀਦ ਨਹੀਂ ਹੈਗੀ ਤੇ ਤੁਸੀਂ ਓਮ ਗਲੋਬਲ ਆਓ ਤੇ ਇਹਨਾਂ ਦਾ ਸਕਸੈਸ ਰੇਟ 99% ਹੈ 100% ਹੀ ਕਹੂੰਗੀ ਕਿ ਇੱਥੋਂ ਜਿਹੜੇ ਕੰਮ ਨਾ ਵੀ ਹੁੰਦੇ ਉਹ ਵੀ ਕੰਮ ਪੂਰੇ ਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਔਰ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਹਾਡੇ ਨਾਲ ਮੁਖਾਤਿਬ ਹੋਏ ਆ ਅੱਜ ਅੰਮ੍ਰਿਤਸਰ ਪਹੁੰਚੇ ਆ ਓਮ ਗਲੋਬਲ ਦੇ ਅੰਮ੍ਰਿਤਸਰ ਆਫਿਸ ਦੇ ਵਿੱਚ ਸੋ ਓਮ ਗਲੋਬਲ ਦੀ ਗੱਲ ਕਰ ਲਈਏ ਤਾਂ ਸੋਸ਼ਲ ਮੀਡੀਆ ਸਾਈਟਸ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਟੀਵੀ ਚੈਨਲਸ ਤੇ ਔਰ ਵੱਖ ਵੱਖ ਨਿਊਜ਼ ਪੇਪਰ ਦੇ ਵਿੱਚ ਇੱਕ ਬਹੁਤ ਵੱਡੇ ਲੈਵਲ ਤੇ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਹੈ ਕਿ ਕੈਨੇਡਾ ਸਪਾਊਸ ਵੀਜ਼ਾ ਤੇ ਜੇਕਰ ਜਾਣਾ ਤੇ ਹੁਣ ਹਸਬੰਡ ਵਾਈਫ ਇਕੱਠੇ ਜਾਣਗੇ ਦੇਖੋ ਦੇਖੀ ਬਹੁਤ ਸਾਰੇ ਕੰਸਲਟੈਂਟਸ ਨੇ ਇਹ ਐਡਵਰਟਾਈਜ਼ਮੈਂਟ ਸ਼ੁਰੂ ਕਰ ਦਿੱਤੀ ਪਰ ਰਿਜ਼ਲਟਸ ਹਾਲੇ ਤੱਕ ਕੋਈ ਨਹੀਂ ਵਿਖਾ ਪਾਇਆ ਓਮ ਗਲੋਬਲ ਦੇ ਫੇਸਬੁੱਕ ਇੰਸਟਾਗ੍ਰam ਪੇਜ ਤੇ ਜਾ ਕੇ ਤੁਸੀਂ ਸਪਾਊਸ ਕੇਸਿਸ ਦੇ ਜਿਹੜੇ ਵੀਜ਼ੇ ਗ੍ਰਾਂਟ ਹੋਏ ਨੇ ਇਕੱਠਿਆਂ ਦੇ ਉਹਨਾਂ ਦੇ ਵੇਖ ਸਕਦੇ ਹੋ ਸੋ ਅੱਜ ਇੱਕ ਸਟੋਰੀ ਐਸੀ ਸੀ ਜਿਹੜੀ ਕਵਰ ਕਰਨਾ ਸੀ ਖਾਸ ਤੌਰ ਤੇ ਉਹਨਾਂ ਦੇ ਅੰਮ੍ਰਿਤਸਰ ਆਫਿਸ ਪਹੁੰਚੇ ਆ ਹਰਮਨ ਕੌਰ ਤੇ ਸ਼ਮਸ਼ੇਰ ਸਿੰਘ ਹੋਣਾ ਦੀ ਸੋ ਦੋਨਾਂ ਦੇ ਜਿਹੜੇ ਸਪਾਊਸ ਵੀਜ਼ੇ ਜਿਹੜੇ ਉਹ ਗ੍ਰਾਂਟ ਹੋ ਚੁੱਕੇ ਆ ਸਭ ਤੋਂ ਪਹਿਲਾਂ ਤਾਂ ਪਾਸਪੋਰਟ ਰਿਕੁਐਸਟ ਜਿਹੜੀਆਂ ਆਈਆਂ ਨੇ ਉਹ ਮੈਂ ਇਹਨਾਂ ਨੂੰ ਹੈਂਡ ਓਵਰ ਕਰੂੰਗਾ ਹਰਮਨ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਜੀ ਔਰ ਸ਼ਮਸ਼ੇਰ ਜੀ ਤੁਹਾਨੂੰ ਬਹੁਤ ਮੁਬਾਰਕ ਸੋ ਹੁਣ ਥੋੜੀ ਜਿਹੀ ਗੱਲਬਾਤ ਕਰਨੀ ਚਾਹਾਂਗੇ ਐਕਸਪੀਰੀਅੰਸ ਸ਼ੇਅਰ ਕਰਨਾ ਚਾਹਾਂਗੇ ਤੁਹਾਡੇ ਨਾਲ ਭੈਣ ਮੈਡਮ ਤੁਹਾਡੇ ਨਾਲ ਗੱਲ ਕਰਾਂਗੇ ਕਿ ਤੁਹਾਡਾ ਕੁਆਲੀਫਿਕੇਸ਼ਨ ਕੀ ਹੈ ਜਦੋਂ ਸਪਾਊਸ ਵੀਜ਼ੇ ਦੀ ਤੁਸੀਂ ਇਹਨਾਂ ਦੀ ਐਡ ਦੇਖੀ ਸੋਸ਼ਲ ਮੀਡੀਆ ਤੇ ਜਾਂ ਟੀਵੀ ਤੇ ਕਿਸੇ ਪਲੇਟਫਾਰਮ ਤੇ ਦੇਖੀ ਲੱਗਾ ਕਿ ਸਾਡਾ ਸਪਾਊਸ ਵੀਜ਼ਾ ਸਾਨੂੰ ਅਪਲਾਈ ਕਰਨਾ ਚਾਹੀਦਾ ਓਮ ਗਲੋਬਲ ਤੇ ਕਿਉਂਕਿ ਪਹਿਲਾਂ ਲੋਕ ਬਹੁਤ ਕਹਿੰਦੇ ਸੀ ਕਿ ਸਪਾਊਸ ਵੀਜ਼ਾ ਲੱਗਦੇ ਨਹੀਂ ਕੱਟਿਆਂ ਦੇ ਪਹਿਲਾਂ ਮੇਨ ਐਪਲੀਕੈਂਟ ਜਾਊਗਾ ਉਸ ਤੋਂ ਬਾਅਦ ਡਿਪੈਂਡੈਂਟ 6 ਮਹੀਨੇ ਜਾਂ ਸਾਲ ਬਾਅਦ ਡਿਪੈਂਡੈਂਟ ਜਾਊਗਾ ਪਰ ਓਮ ਗਲੋਬਲ ਕਹਿੰਦਾ ਜੀ ਇਕੱਠਿਆਂ ਭੇਜਾਂਗੇ ਇਕੱਠੇ ਵੀਜ਼ੇ ਆਉਣਗੇ ਇੱਕੋ ਜਹਾਜ਼ 'ਚ ਬਹਿ ਕੇ ਹਸਬੰਡ ਵਾਈਫ ਜਾਣਗੇ ਕੀ ਯਕੀਨ ਹੋ ਗਿਆ ਸੀ ਕਿਦਾਂ ਹੋ ਸਕਦਾ ਸਰ ਪੋਸੀਬਿਲਿਟੀ ਬਹੁਤ ਘੱਟ ਸੀ ਕਿਉਂਕਿ ਸਟੱਡੀ ਗੈਪ ਬਹੁਤ ਜ਼ਿਆਦਾ ਸੀ ਔਰ ਮੋਰਓਵਰ ਮੈਨੂੰ ਲੱਗਦਾ ਸੀ ਕਿ ਮੇਰੀ ਪ੍ਰੋਫਾਈਲ ਬਹੁਤ ਵੀਕ ਹੈ ਤੇ ਮੈਨੂੰ ਇਕੱਲੇ ਹੀ ਜਾ ਕੇ ਸਟਰਗਲ ਕਰਨਾ ਪਏਗਾ ਫਿਰ 6-8 ਮਹੀਨੇ ਬਾਅਦ ਹਸਬੈਂਡ ਨੂੰ ਬੁਲਾਉਣਾ ਪਏਗਾ ਤੇ ਜਦੋਂ ਮੈਂ ਓਮ ਗਲੋਬਲ ਵਿਜ਼ਿਟ ਕੀਤਾ ਤੇ ਮੈਂ ਬਹੁਤ ਹੀ ਜ਼ਿਆਦਾ ਮਤਲਬ ਹਤਾਸ਼ ਹੋ ਚੁੱਕੀ ਸੀਗੀ ਮੈਂ ਇੱਕ ਟਰਾਈ ਕੀਤਾ ਕਿਉਂਕਿ ਮੈਂ ਪ੍ਰੋਫਾਈਲਸ ਦੇਖੇ ਸੀਗੇ ਕਿ ਬਹੁਤ ਕੰਪਲਿਕੇਟਿਡ ਕੇਸਿਸ ਵੀ ਸਰ ਨੇ ਹੈਂਡਲ ਕੀਤੇ ਨੇ ਤੇ ਜਦੋਂ ਅਸੀਂ ਆਏ ਇੰਨੇ ਏਜੰਟਸ ਕੋਲ ਧੱਕੇ ਖਾਣ ਤੋਂ ਬਾਅਦ ਹਤਾਸ਼ ਹੋ ਕੇ ਮੈਂ ਇੱਥੇ ਆਈ ਲੇਕਿਨ ਸਰ ਨੇ ਸਾਡਾ ਕੇਸ ਲਿੱਤਾ ਸਾਨੂੰ ਉਮੀਦ ਦਿੱਤੀ ਕਿ 13 ਸਾਲ ਦਾ ਸਟੱਡੀ ਗੈਪ ਬਹੁਤ ਵੱਡੀ ਬਹੁਤ ਬਹੁਤ ਵੱਡਾ ਗੈਪ ਹੈ ਕਿ ਜੀ ਚ ਸਟੂਡੈਂਟ ਪ੍ਰੋਫਾਈਲ ਨਹੀਂ ਈਜ਼ੀਲੀ ਹੋ ਸਕਦਾ ਤੇ ਸਰ ਨੇ ਸਾਨੂੰ ਅਸ਼ੋਰੈਂਸ ਦਿੱਤੀ ਤੇ ਮੈਨੂੰ ਬਹੁਤ ਮੋਟੀਵੇਸ਼ਨ ਲੱਗਿਆ ਕਿ ਸ਼ਾਇਦ ਮੇਰਾ ਇੱਕ ਸਟੱਡੀ ਦਾ ਜਿਹੜਾ ਡ੍ਰੀਮ ਹੈ ਉਹ ਪੂਰਾ ਹੋ ਸਕਦਾ ਪਰ ਕਿਤੇ ਇਦਾਂ ਨਹੀਂ ਲੱਗਾ ਕਿ ਜਦੋਂ ਤੁਸੀਂ ਅੰਮ੍ਰਿਤਸਰ ਖੜੇ ਹੋ ਅੰਮ੍ਰਿਤਸਰ ਰਣਜੀਤ ਐਵਨਿਊ ਬਹੁਤ ਸਾਰੇ ਕੰਸਲਟੈਂਟ ਆ ਸਾਰੇ ਕਹਿੰਦੇ ਜੀ ਇਕੱਠਿਆਂ ਦਾ ਵੀਜ਼ਾ ਨਹੀਂ ਲੱਗਦਾ ਸਿਰਫ ਓਮ ਗਲੋਬਲ ਕਹਿ ਰਿਹਾ ਜੀ ਇਕੱਠਿਆਂ ਦਾ ਵੀਜ਼ਾ ਲੱਗ ਜਾਓ ਕਿਤੇ ਨਹੀਂ ਲੱਗਾ ਕਿ ਓਮ ਗਲੋਬਲ ਝੂਠ ਬੋਲਦਾ ਪਿਆ ਬਾਕੀ ਸਾਰੇ ਏਜੰਟ ਸੱਚ ਬੋਲਦੇ ਪਏ ਨਹੀਂ ਮੈਨੂੰ ਇਸ ਤਰ੍ਹਾਂ ਦਾ ਨਹੀਂ ਲੱਗਿਆ ਮੈਨੂੰ ਬਲਕਿ ਸਗੋਂ ਆ ਲੱਗਿਆ ਸੀ ਕਿ ਮੈਂ ਇੰਨੇ ਏਜੰਟਸ ਕੋਲ ਜਦੋਂ ਗਈ ਤੇ ਕਿਤੇ ਇੱਕ ਤਾਂ ਪੋਸੀਬਿਲਟੀ ਹੋਏਗੀ ਕੋਈ ਤਾਂ ਮੇਰੇ ਪ੍ਰੋਫਾਈਲ ਦੀ ਗਾਰੰਟੀ ਚੁੱਕੇਗਾ ਕਿਤੇ ਨਾ ਕਿਤੇ ਝੂਠੀ ਆਸ ਕਰਕੇ ਆਪਣਾ 10,000 20,000 50,000 ਰੁਪਏ ਕਈ ਵਾਰ ਲੋਕ ਖਰਾਬ ਵੀ ਕਰ ਲੈਂਦੇ ਆ ਸਾਰੇ ਕਹਿੰਦੇ ਜੀ ਨਹੀਂ ਲੱਗਦਾ ਓਮ ਗਲੋਬਲ ਕਹਿੰਦਾ ਲੱਗਦਾ ਹੈ ਸਾਨੂੰ 50,000 ਦੇ ਜਾਓ ਜਾਂ ਲੱਖ ਦੇ ਜਾਓ 2 ਲੱਖ ਐਡਵਾਂਸ ਦੇ ਜਾਓ ਕੱਲ ਨੂੰ ਇਹ ਡਰ ਨਹੀਂ ਆ ਕਿ ਮੇਰਾ ਪੈਸਾ ਫਸ ਜਾਊਗਾ ਨਹੀਂ ਸਰ ਮੈਨੂੰ ਇੱਕ ਉਮੀਦ ਸੀ ਮੈਂ ਬਾਰ-ਬਾਰ ਇਹੀ ਕਹਿ ਰਹੀ ਹਾਂ ਕਿਉਂਕਿ ਜਦੋਂ ਵੀ ਮੈਂ ਜਿਸ ਏਜੰਟ ਕੋਲ ਜਾਂਦੀ ਸੀ ਉਹ ਹੀ ਕਹਿੰਦੇ ਸੀ ਕਿ ਤੁਹਾਡੀ ਇੰਨੀ ਵੀਕ ਪ੍ਰੋਫਾਈਲ ਹੈ ਨਾ ਕਿ ਅਸੀਂ ਇਕੱਲੇ ਦੀ ਵੀ ਗਾਰੰਟੀ ਨਹੀਂ ਲੈ ਸਕਦੇ
बट क्योंकि इन्ना स्टडी गैप सी इन्ना मतलब एक रिफ्यूजल भी सी बट जदों मैं होम ग्लोबल आई मैनू कुछ उम्मीद जागी कि मोरओवर मैं बहुत ज़्यादा गैप वाले जिहड़े प्रोफाइल्स हुंदे सी उन्हां दी होम ग्लोबल दी वीडियोज़ देखती रहिंदी सी ते मैनू एक मेरे हसबैंड नू ते मैनू एक उम्मीद आई कि यह कॉम्प्लीकेटेड केस भी अच्छा शमशेर जी तुहानू बहुत मुबारक तुहाडा वीज़ा लग गया जदों सुनदे सी वख-वख टीवी चैनल्स ते या अखबारां च पढ़दे सी या सोशल मीडिया ते देखदे सी कि पहला मेन एप्लीकेंट जाऊगा 6 महीने बाद हसबैंड जाऊगा कितने कितने ये नहीं लगता कि पता नहीं 6 महीने बाद कि मेरा वीजा ना आए मैं होर 6 महीने वेट करनी पै जाए। हाँ जी सर मैं नहीं ट्रस्ट है मैं झूठ नहीं बोलता है ना जो सारे दसा कि कट्ठिया का कनेडा का वीजा आप लगा देंगे है ना सर पर मैं इन्ना निराश हो चुका है ना मैं चलो किदा भी कह रहे हैं ना कि मतलब इस तरह मैं चलो मेरी वाइफ चल जाए पहला ही है ना कोई गल नहीं मैं फिर भी इन्हों के मतलब सारे ने कहा सारे पैसे आप लोन लगे हैं जो कोई यकीन करके भी कोई पैसा पहला दिता कोई पैसा नहीं आप पहला दिता आप सारे सारे कहते सारा पैसा लोन लगे कभी यकीन करके देखो सब डोट ता मन चाहता है क्योंकि सर मैं अगर भी इंग्लैंड तो डिपोर्ट है ना मैं सारा पता ही आ काम बारे है ना तो मैं सारे एजेंटा गया किसी ने सारा हाँ इदा सुनिया नहीं कि नहीं लग सकता परफाइलमेंट की वीक है उन्होंने कल्या भेजना भी मुश्किल है पर सारे ने इदा गलां दिता हौसला दिता है ना एक उम्मीद ही जागी है ना तो सर सारा अपना केस अपलाई करता आप पैसा भी सर कोई पेला नहीं दिता व्याह कि पुराना है डर तो शुरू हो गया मन च की पता नहीं वीजा आना कि नहीं होना जो बायोमैट्रिक हो डर वध गया हुण तो डिसीजन आ जाऊगा 2-4 दिन 5 दिन 10 दिन डिसीजन आ जाऊगा तो जो डिसीजन आया डर गए पूरा पर सारे दसा ने वीजा सर यकीन नहीं होने पासपोर्ट हाथ च फट के भी यकीन नहीं हो रहा कि हाँ वीजे लग गए सर हले तक हले मेरे वीजे मैं 15 दिन हो गए मैंने मिले है ना सर मैं हले तक यकीन नहीं होना सवेरे में उठता ना मैंने हले दिन यकीन होता कि मेरा सर कनेडा का वीजा सब तो पहले फोन किनू किया वीजे तक वीजे आ गए सब तो किनू दस सर पहले मैं अपनी मम्मी फोन करके दसिया सर वो तो फोन से रोन ही ला पे उदो है ना गल नहीं कर पाए मेरे है ना सिस्टम दसिया भी सर रोन लग पे है ना इदा है ना गल नहीं उन्होंने की है ना कि सर 7 साल हो गए मैं उदा स्ट्रगल कर पता नहीं दो ਤਿੰਨ ਰਿਫਿਊਜ਼ਲ ਆਸਟ੍ਰੇਲੀਆ ਦੀਆਂ ਕੈਨੇਡਾ ਦੀਆਂ ਇੰਗਲੈਂਡ ਦੀਆਂ ਲੱਗ ਚੁੱਕੀਆਂ ਉਮੀਦ ਛੱਡ ਚੁੱਕੇ ਸੀ ਹਾਂ ਛੱਡ ਚੁੱਕੇ ਸੀ ਸਰ ਤੇ ਹੁਣ ਕੀ ਕਹਿਣਾ ਚਾਹੋਗੇ ਹੋਮ ਗਲੋਬਲ ਸਰਵਿਸਿਜ਼ ਬਾਰੇ ਜਾਂ ਜਿਹੜੇ ਲੋਕ ਇਕੱਲੇ ਅਪਲਾਈ ਕਰਦੇ ਆ ਉਹਨਾਂ ਨੂੰ ਲੱਗਦਾ ਕਿ ਇਕੱਠਿਆਂ ਦਾ ਸਪਾਊਸ ਦਾ ਵੀਜ਼ਾ ਨਹੀਂ ਆਉਂਦਾ ਕਿਤੇ ਇਹਨਾਂ ਦੇ ਦੋਵਾਂ ਦੇ ਹਸਬੈਂਡ ਵਾਈਫ ਦੇ ਚੱਕਰ ਕਿਤੇ ਮੇਨ ਐਪਲੀਕੈਂਟ ਵੀ ਰਿਫਿਊਜ਼ ਹੋ ਜੇ ਕਿ ਉਹਨਾਂ ਨੂੰ ਇਕੱਠਿਆਂ ਅਪਲਾਈ ਕਰਨਾ ਚਾਹੀਦਾ ਕਿ ਇਕੱਲੇ ਇਕੱਲੇ ਅਪਲਾਈ ਕਰਨਾ ਚਾਹੀਦਾ ਹਾਂ ਜੀ ਸਰ ਮੈਂ ਇਹ ਕਹਿੰਦਾ ਸਰ ਮੈਂ ਤੇ ਹੁਣ ਵੀ ਸਾਰੇ ਸਾਰਿਆਂ ਨੂੰ ਦੱਸਣ ਰਿਹਾ ਕਿ ਸਰ ਹੋਮ ਗਲੋਬਲ ਆਓ ਇੱਕ ਵਾਰੀ ਤੁਹਾਡੇ ਆਪਾਂ ਬਿਲਕੁਲ ਸਾਰਾ ਆ ਛੱਡ ਚੁੱਕੇ ਸੀ ਸਰ ਕਿ ਸਾਡਾ ਵਰਗਿਆ ਦਾ 13 ਸਾਲ ਦਾ ਸਟੱਡੀ ਗੈਪ ਸਰ ਸਾਡੇ ਵਰਗਿਆ ਦਾ ਵੀਜ਼ਾ ਲੱਗ ਸਕਦਾ ਸਰ ਬਾਕੀ ਦੇ ਪ੍ਰੋਫਾਈਲ ਹੀ ਆਣ ਤੋਂ ਕਿਤੇ ਵਧੀਆ ਹੋਣੀ ਹੈ ਨਾ ਜੀ ਕੋਈ ਆਸ ਛੱਡਣ ਦੀ ਲੋੜ ਨਹੀਂ ਮੈਡਮ ਤੁਸੀਂ ਕੀ ਕਹਿਣਾ ਚਾਹੋ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਮੈਂ ਸਾਰਿਆਂ ਨੂੰ ਇਹੀ ਸੁਜੈਸਟ ਕਰੂੰਗੀ ਕਿ ਜੇ ਤੁਹਾਡੀ ਉਮੀਦ ਬਿਲਕੁਲ ਜ਼ੀਰੋ ਆ ਤੁਹਾਨੂੰ ਕਿਤੋਂ ਉਮੀਦ ਨਹੀਂ ਹੈਗੀ ਤੇ ਤੁਸੀਂ ਹੋਮ ਗਲੋਬਲ ਆਓ ਤੇ ਇਹਨਾਂ ਦਾ ਸਕਸੈਸ ਰੇਟ 99% ਹੈ 100% ਹੀ ਕਹੂੰਗੀ ਕਿ ਇੱਥੋਂ ਜਿਹੜੇ ਕੰਮ ਨਾ ਵੀ ਹੁੰਦੇ ਉਹ ਵੀ ਕੰਮ ਪੂਰੇ ਹੁੰਦੇ ਨੇ ਬਾਕੀ ਰੱਬ ਹੈ ਬਟ ਇਹ ਹੈ ਕਿ ਮੇਰੀ ਸਾਰਿਆਂ ਨੂੰ ਇਹੀ ਇੱਕ ਰਿਕੁਐਸਟ ਹੈ ਕਿ ਹੋਮ ਗਲੋਬਲ ਵਿਜ਼ਿਟ ਕਰੇ ਤੇ ਆਪਣੇ ਬਾਹਰ ਜਾਣ ਦੇ ਸੁਪਨੇ ਨੂੰ ਪੂਰਾ ਮੈਂ ਚਾਹੂੰਗਾ ਇੱਕ ਵਾਰੀ ਆਪਣੀ ਪਾਸਪੋਰਟ ਰਿਕੁਐਸਟ ਤੋਂ ਆਈ ਹੈ ਇੱਕ ਵਾਰੀ ਕੈਮਰਾਮੈਨ ਨੂੰ ਦਿਖਾ ਦਿਓ ਤਾਂ ਕਿ ਲੋਕਾਂ ਨੂੰ ਟਰਸਟ ਹੋ ਜਾਏ ਔਰ ਕੈਮਰਾਮੈਨ ਨੂੰ ਕਹੂੰਗੀ ਜ਼ੂਮ ਕਰਕੇ ਦਿਖਾ ਦਿਓ ਕਿ ਰਿਕੁਐਸਟ ਜਿਹੜੀਆਂ ਆਈਆਂ ਉਹ ਆਲਮੋਸਟ ਸੇਮ ਡੇਟ ਦੀਆਂ ਤਾਂ ਕਿ ਇੱਕੋ ਦਿਨ ਵੀਜ਼ੇ ਅਪਲਾਈ ਕੀਤੇ ਸੀ ਇੱਕੋ ਦਿਨ ਰਿਕੁਐਸਟ ਆਈਆਂ ਔਰ ਲੋਕਾਂ ਨੂੰ ਟਰਸਟ ਹੋ ਜਾਏ ਕਿ ਹਾਂ ਹਸਬੈਂਡ ਵਾਈਫ ਦੇ ਵੀਜ਼ੇ ਆਉਂਦੇ ਆ ਸੋ ਇਸ ਤੋਂ ਬਾਅਦ ਮੈਂ ਹੋਮ ਗਲੋਬਲ ਤੋਂ ਜਿਹੜੇ ਅੰਮ੍ਰਿਤਸਰ ਬ੍ਰਾਂਚ ਰਿੱਕੀ ਸੰਧੂ ਜੀ ਕਈ ਵਾਰ ਸਾਡਾ ਟੀਵੀ ਸ਼ੋਅ 'ਚ ਬੈਠਦੇ ਨੇ ਸੋਸ਼ਲ ਮੀਡੀਆ ਤੇ ਬੈਠਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹੂੰਗਾ ਸੋ ਸੰਧੂ ਸਾਹਿਬ ਬਹੁਤ ਵੱਡੀ ਅਚੀਵਮੈਂਟ ਹੈ ਇੰਨੇ ਲੰਬੇ ਗੈਪ ਦੇ ਬਾਅਦ ਇਹ ਵੀਜ਼ਾ ਹਾਸਲ ਕੀਤਾ ਸੋ ਜਦੋਂ ਪ੍ਰੋਫਾਈਲ ਤੁਹਾਡੇ ਕੋਲ ਆਇਆ ਮੈਡਮ ਕਹਿ ਰਹੇ ਕਿ ਬਹੁਤ ਸਾਰੇ ਏਜੰਟਸ ਨੇ ਮਨਾ ਕਰਤਾ ਸੀ ਕਿ ਵੀਜ਼ਾ ਨਹੀਂ ਲੱਗੂਗਾ ਰਿਫਿਊਜ਼ਲ ਆ ਪਹਿਲਾਂ ਆਲਰੇਡੀ ਜਾਂ ਸਰ ਹੁਣੀ ਸ਼ਮਸ਼ੇਰ ਸਿੰਘ ਜੀ ਡਿਪੋਰਟ ਨੇ ਯੂਕੇ ਤੋਂ ਸੋ ਵੀਜ਼ਾ ਲੱਗੂਗਾ ਸੋ ਤੁਸੀਂ ਤੁਹਾਨੂੰ ਕਿਵੇਂ ਲੱਗਾ ਡਾਕੂਮੈਂਟ ਦੇਖ ਕੇ ਕਿ ਇਸ ਕੇਸ ਨੂੰ ਤੁਸੀਂ ਫਾਈਟ ਕਰ ਸਕਦੇ ਹੋ ਦੇਖੋ ਸਰ ਚੈਲੰਜਿੰਗ ਚੀਜ਼ ਤਾਂ ਰਹਿੰਦੀ ਹੈ ਜਦੋਂ ਫਸਟ ਟਾਈਮ ਆਏ ਸੀਗੇ ਯੂਐਸ ਵਾਸਤੇ ਆਏ ਸੀਗੇ ਐਪਲੀਕੇਸ਼ਨ ਦਾ ਪ੍ਰੋਫਾਈਲ ਜਿਹੜਾ ਇਹਨਾਂ ਦਾ ਗ੍ਰੈਜੂਏਟ ਆ 2009 ਉਸ ਤੋਂ ਬਾਅਦ ਇਹਨਾਂ ਦੀ ਫਾਈਲ ਆਸਟ੍ਰੇਲੀਆ ਤੋਂ ਰਿਜੈਕਟ ਹੈ ਸਪਾਊਸ ਡਿਪੋਰਟ ਹੈ ਯੂਕੇ ਤੋਂ ਔਰ ਕੈਨੇਡਾ ਤੋਂ ਰਿਫਿਊਜ਼ ਆਲਰੇਡੀ ਮਤਲਬ ਇੰਨੀ ਕੰਪਲੀਕੇਸ਼ਨ ਤੋਂ ਬਾਅਦ ਵੀ ਚਾਹੁੰਦੇ ਸੀਗੇ ਕਿ ਕਿਤੇ ਨਾ ਕਿਤੇ ਅਸੀਂ ਇਕੱਠੇ ਟਰੈਵਲ ਕਰੀਏ ਕਿਉਂਕਿ ਕਾਫੀ ਏਜੰਟਸ ਕੋ ਵੀ ਜਾਏ ਆਈ ਥਿੰਕ 14-15 ਲੱਖ ਰੁਪਏ ਵੀ ਇਹਨਾਂ ਨੇ ਖਰਾਬ ਕੀਤਾ ਹੋਇਆ ਜਿਹੜਾ ਹਜੇ ਤੱਕ ਇਹਨਾਂ ਨੂੰ ਰੀਫੰਡ ਨਹੀਂ ਹੋਇਆ ਇੱਕ ਰਿਸਕ ਸੀਗਾ ਪੇਮੈਂਟ ਦਾ ਸੈਕਿੰਡ ਰਿਸਕ ਇਹਨਾਂ ਨੂੰ ਇਹ ਸੀਗਾ ਕਿ ਜਿਹੜੇ ਇਹਨਾਂ ਦੇ ਇਨ ਲਾਸ ਉਹ ਕਹਿੰਦੇ ਸੀ ਭੇਜਣਾ ਇਕੱਠਿਆਂ ਨੂੰ ਹੈ
ਕੀ ਪੋਸੀਬਿਲਿਟੀਜ਼ ਹੈ, ਕਿਹੜੀ ਕੰਟਰੀ ਕਰ ਸਕਦੇ ਹਾਂ। ਸੋ ਇਹਨਾਂ ਨੂੰ ਸੁਜੈਸਟ ਇਹੀ ਕੀਤਾ ਕਿ ਕੈਨੇਡਾ ਵਿੱਚ ਅਪਲਾਈ ਕਰੋ, ਜਿਹਦੇ ਵਿੱਚ ਇਕੱਠੇ ਸਪਾਊਸ ਨਾਲ ਵੀਜ਼ਾ ਅਪਲਾਈ ਕਰ ਸਕਦੇ ਹੋ, ਵੀਜ਼ਾ ਵੀ ਹਾਸਲ ਕਰ ਸਕਦੇ ਹੋ। ਦੋ ਚੀਜ਼ਾਂ ਮੇਨ ਸੀ ਇਹਨਾਂ ਦੀਆਂ, ਪਹਿਲੀ ਚੀਜ਼ ਕਿ ਇਕੱਠੇ ਜਾਣਾ, ਦੂਸਰੀ ਚੀਜ਼ ਹੈ ਕਿ ਪੈਸਾ ਪਹਿਲਾਂ ਬਰਬਾਦ ਨਹੀਂ ਕਰਨਾ। ਸੋ ਪੇਮੈਂਟ ਤੁਸੀਂ ਲਾਈਕ ਪ੍ਰੋਸੈਸ ਕੀਤਾ ਹੈ, ਸਾਰੀ ਪੇਮੈਂਟ ਇਹਨਾਂ ਨੇ ਵੀਜ਼ੇ ਤੋਂ ਬਾਅਦ ਦਿੱਤੀ ਹੈ। ਹਾਂ, ਉਦੋਂ ਸਿਰ ਅਸੀਂ ਪੈਸਾ ਪਹਿਲਾਂ ਕੋ ਦਿੱਤਾ ਹੀ ਨਹੀਂ, ਸਾਰੇ ਪੈਸੇ ਵੀਜ਼ੇ ਤੋਂ ਬਾਅਦ ਦਿੱਤੇ। ਤੇ ਰਿਜੈਕਸ਼ਨ ਲਾਈਕ ਮੀਨਵਾਈਲ ਇਹ ਹੈ ਕਿ ਅਗਰ ਕਿਸੇ ਦਾ ਗੈਪ ਹੈ ਕੈਨੇਡਾ ਵੀਜ਼ਾ ਦਿੰਦਾ, ਅਗਰ ਕਿਸੇ ਦੇ ਬੈਂਡ ਸਕੋਰ ਘੱਟ ਨੇ ਕੈਨੇਡਾ ਵੀਜ਼ਾ ਵਿਆਹ ਨਵਾਂ ਕੈਨੇਡਾ ਵੀਜ਼ਾ ਦਿੰਦਾ, ਸਿੰਗਲ ਹੋ, ਸਪਾਊਸ ਹੋ ਜਾਂ ਵਿਦ ਕਿਡ ਫੈਮਿਲੀ ਨਾਲ ਅਪਲਾਈ ਕਰਨਾ ਚਾਹੁੰਦੇ ਹੋ, ਕੈਨੇਡਾ ਵੀਜ਼ਾ ਦਿੰਦਾ। ਪਰ ਹੁਣ ਤਾਂ ਸੁਣੋ, ਕਹਿੰਦੇ ਕਿ ਓਵਰਆਲ 6 ਬੈਂਡ ਨੂੰ ਚਾਹੇ 1 ਚੋਂ 5.5 ਆ, 2 ਚੋਂ 5.5 ਆ ਜਾਂ 3 ਚੋਂ 5.5 ਆ, ਤਾਂ ਵੀ ਕੈਨੇਡਾ ਵੀਜ਼ਾ ਦੇ ਰਿਹਾ। ਆਲਮੋਸਟ ਕਾਫੀ ਵੀਜ਼ਾ ਸਕਸੈਸ ਰੇਟ ਚੰਗਾ ਆ ਰਿਹਾ, ਅਸੀਂ ਦਿਖਾ ਵੀ ਚੁੱਕੇ ਆਲਰੇਡੀ। ਸੋ ਜਿਹੜੇ ਵੀ ਐਪਲੀਕੈਂਟ ਐਸੇ ਕਿ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਆ, ਐਗਜ਼ਾਮਪਲ ਮੈਨੂੰ ਨਹੀਂ ਲੱਗਦਾ ਇਹਨਾਂ ਨਾਲ ਵਧੀਆ ਕੋਈ ਹੋਰ ਫਿੱਟ ਬੈਠਦੀ ਹੋਊਗੀ। ਅੱਛਾ ਚਲੋ ਠੀਕ ਹੈ, ਹੁਣ ਬਹੁਤਾ ਅਸੀਂ ਇਹਨਾਂ ਸ਼ੋਅ ਨੂੰ ਲੰਮਾ ਨਹੀਂ ਖਿੱਚਾਂਗੇ ਕਿਉਂਕਿ ਸੋਸ਼ਲ ਮੀਡੀਆ ਦੌਰ ਆ, ਜੋ ਵੀ ਇਹਨੂੰ ਫੋਲੋ ਕਰਦਾ ਹੈ ਜਦੋਂ ਚੀਜ਼ ਚੰਗੀ ਲੱਗਦੀ ਤਾਂ ਜ਼ਰੂਰ ਸੁਣਦਾ ਹੈ। ਸੋ ਹੁਣ ਜਿਹੜੇ ਲੋਕ ਸਾਨੂੰ ਦੇਖ ਰਹੇ ਆ, ਕਿਹੜੇ ਪ੍ਰੋਫਾਈਲ ਨੂੰ ਆਵਾਜ਼ ਮਾਰਿਓ ਜੇ ਹਸਬੈਂਡ ਵਾਈਫ ਨੇ ਇਕੱਠਿਆਂ ਜਾਣਾ ਤੇ? ਦੇਖੋ ਜ਼ਿਆਦਾ ਕੋਈ ਇਹਦੇ ਵਿੱਚ ਰਿਕੁਆਇਰਮੈਂਟ ਨਹੀਂ ਹੈਗੀ, ਚਾਹੇ ਪਲੱਸ ਟੂ ਹੋ, ਗ੍ਰੈਜੂਏਟ ਹੋ ਜਾਂ ਮਾਸਟਰ ਕਰ ਚੁੱਕੇ ਹੋ, 6 ਬੈਂਡ ਅੱਜ ਦੇ ਵਿੱਚ ਚਾਹੀਦੇ ਓਵਰਆਲ, 2 ਜਾਂ 3 ਮੋਡਿਊਲ 5.5 ਉਹ ਵੀ ਐਕਸੈਪਟੇਬਲ ਹੈ, ਪੀਟੀ ਵਾਲੇ ਸਟੂਡੈਂਟ 60 ਓਵਰਆਲ ਹੈਗੇ ਆ, ਵਿਆਹ ਨਵਾਂ ਜਾਂ ਪੁਰਾਣਾ, ਪਲੱਸ ਟੂ ਕੀਤੀ ਹੈ, ਡਿਪਲੋਮਾ ਕੀਤਾ, ਬੈਚਲਰਸ ਹੈ, ਮਾਸਟਰਸ ਹੈ, ਜਿਹੜੇ ਵੀ ਐਪਲੀਕੈਂਟ ਕਿਸੇ ਵੀ ਤਰ੍ਹਾਂ ਦੇ ਪ੍ਰੋਫਾਈਲ ਦਾ, ਸਿਰਫ ਆਇਲਸ ਰਿਕੁਆਇਰਮੈਂਟ ਮੀਟ ਕਰਨੇ ਚਾਹੀਦੇ, ਚਾਹੇ ਤੁਸੀਂ ਕਿੰਨੀ ਵਾਰ ਵੀ ਰਿਫਿਊਜ਼ ਹੋ ਗਏ, ਅਸੀਂ ਸਪਾਊਸ ਵੀਜ਼ਾ ਲਵਾ ਕੇ ਦਾਂਗੇ ਤੇ ਬੱਚਾ ਪੈਸੇ ਉਦੋਂ ਦੇਗਾ ਜਦੋਂ ਵੀਜ਼ਾ ਲੱਗ ਜਾਊਗਾ। ਇਹਦੇ ਨਾਲ ਨਾਲ ਜਨਵਰੀ ਇਨਟੇਕ ਸਾਡੇ ਕੋਲ ਅਵੇਲੇਬਲ ਹੈ, ਜਿਹੜੇ ਵੀ ਬੱਚਿਆਂ ਲੱਗਦਾ ਕਿ ਮਈ ਇਨਟੇਕ ਹੈ, ਸਤੰਬਰ ਇਨਟੇਕ ਏਜੰਟ ਦੇ ਰਹੇ, ਅਸੀਂ ਜਨਵਰੀ ਇਨਟੇਕ ਦਾਂਗੇ। ਨਾ ਕੋਈ ਤੁਸੀਂ ਐਪਲੀਕੇਸ਼ਨ ਫੀਸ ਦੇਣੀ ਹੈ, ਨਾ ਕਾਲਜ ਫੀਸ ਦੇਣੀ ਹੈ, ਨਾ ਈਵਨ ਐਮਬੈਸੀ ਫੀਸ ਦੇਣੀ ਹੈ, ਸਾਰੇ ਪੈਸੇ ਉਦੋਂ ਦਾਂਗੇ ਜਦੋਂ ਵੀਜ਼ਾ ਲੱਗ ਜਾਏਗਾ ਜੀ। ਸੋ ਜਿਹੜੇ ਵੀ ਕੈਂਡੀਡੇਟ 12ਵੀਂ ਪਾਸ ਆ, ਗ੍ਰੈਜੂਏਟ ਆ ਜਾਂ ਆਲਰੇਡੀ ਮਾਸਟਰਸ ਕਰ ਚੁੱਕੇ ਨੇ, ਕੈਨੇਡਾ ਜਾਣਾ ਚਾਹੁੰਦੇ ਨੇ ਸਿੰਗਲ ਜਾਂ ਫਿਰ ਸਪਾਊਸ ਦੇ ਨਾਲ, ਆਇਲਸ ਓਵਰਆਲ 6 ਬੈਂਡ ਆ, ਈਚ ਚਾਹੇ 6 ਨਹੀਂ ਵੀ ਹੈਗੇ, ਕਿਸੇ 1 ਚੋਂ 5.5 ਮੋਡਿਊਲ 'ਚੋਂ, 2 ਚੋਂ 5.5 ਆ ਜਾਂ ਫਿਰ 3 ਚੋਂ 5.5 ਬੈਂਡ ਆ, ਡਰਦੇ ਆ ਕਿ ਸਾਡਾ ਵੀਜ਼ਾ ਰਿਫਿਊਜ਼ ਨਾ ਹੋ ਜਾਵੇ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਆ। ਓਮ ਗਲੋਬਲ ਦੀ ਕਿਸੇ ਵੀ ਬ੍ਰਾਂਚ ਵਿਜ਼ਿਟ ਕਰ ਸਕਦੇ ਹੋ, ਚਾਹੇ ਉਹ ਅੰਮ੍ਰਿਤਸਰ ਬ੍ਰਾਂਚ ਆ, ਚਾਹੇ ਉਹ ਜਲੰਧਰ ਬ੍ਰਾਂਚ ਆ, ਚਾਹੇ ਉਹ ਚੰਡੀਗੜ੍ਹ ਬ੍ਰਾਂਚ ਆ, ਚਾਹੇ ਬਠਿੰਡਾ ਬ੍ਰਾਂਚ ਆ, ਚਾਹੇ ਭੇਵਾ ਬ੍ਰਾਂਚ ਆ, ਚਾਹੇ ਉਹ ਯਮੁਨਾਨਗਰ ਬ੍ਰਾਂਚ ਆ, ਕਿਸੇ ਵੀ ਬ੍ਰਾਂਚ ਵਿਜ਼ਿਟ ਕਰ ਸਕਦੇ ਹੋ। ਸਿੰਗਲ ਜਾਂ ਸਪਾਊਸ ਦੇ ਨਾਲ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਓਮ ਗਲੋਬਲ ਦੀ ਟੀਮ ਨੂੰ ਸੰਪਰਕ ਕਰ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ।